ਨਵੇਂ ਸਾਲ ਦੇ ਚੜ੍ਹਦੇ ਕੁਝ ਪੰਜਾਬੀ ਗੀਤ ਅਸੀਂ ਬਹੁਤ ਜਲਦੀ ਇੰਜੋਏ ਕਰਨ ਵਾਲੇ ਹਾਂ, ਜਿੱਥੇ ਸਾਡੇ ਪੰਜਾਬੀ ਆਰਟਿਸਟ ਨੇ ਅਨਾਊਂਸ ਕੀਤੇ ਨੇ ਆਪਣੇ ਅਪਕਮਿੰਗ ਸੌਂਗ ਜੋ ਕਿ ਰਿਲੀਜ਼ ਕੀਤੇ ਜਾਣਗੇ 2020 ਦੇ ਸ਼ੁਰੂਆਤੀ ਦਿਨਾਂ ਦੇ ਵਿੱਚ। ਜੀ, ਮੈਂ ਗੱਲ ਕਰ ਰਹੀ ਹਾਂ ਗਿੱਪੀ ਗਰੇਵਾਲ ਦਾ ਸੌਂਗ ਜੋ ਕਿ ਆ ਰਿਹਾ ਵੇਅਰ ਬੇਬੀ ਵੇਅਰ, ਅਤੇ ਉੱਥੇ ਜੈਸਮਿਨ ਸੈਂਡਲਸ ਨੇ ਵੀ ਆਪਣੇ ਅਪਕਮਿੰਗ ਸੌਂਗ ਲਲਕਾਰੇ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਅਤੇ ਇਸ ਦੇ ਨਾਲ ਹੀ ਰੋਸ਼ਨ ਪ੍ਰਿੰਸ ਅਤੇ ਜੋਰਡਨ ਸੰਧੂ ਨੇ ਵੀ ਕਿਹਾ ਕਿ ਨਵੇਂ ਸਾਲ ਤੋਂ ਲੈ ਕੇ ਆਣਗੇ ਆਪਣਾ ਨਵਾਂ ਗਾਣਾ। ਅਤੇ ਹੁਣ ਇੱਕ ਹੋਰ ਸਿੰਗਰ ਨੇ ਜਿਨ੍ਹਾਂ ਨੇ ਆਪਣੇ ਅਪਕਮਿੰਗ ਸੌਂਗ ਜਾਂ ਮੈਂ ਕਹਾਂ ਆਪਣੇ ਅਪਕਮਿੰਗ ਸੌਂਗਸ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਜੀ, ਮੈਂ ਗੱਲ ਕਰ ਰਹੀ ਹਾਂ ਕੈਂਬੀ ਦੇ ਬਾਰੇ, ਜਿਨ੍ਹਾਂ ਨੇ ਆਪਣੀ ਸਟੋਰੀ ਦੇ ਵਿੱਚ ਆਪਣੇ ਅਪਕਮਿੰਗ 4 ਗਾਣਿਆਂ ਦੀ ਅਨਾਊਂਸਮੈਂਟ ਕੀਤੀ ਅਤੇ ਇਹਨਾਂ 4 ਗਾਣਿਆਂ ਦੇ ਉਹਨਾਂ ਨੇ ਟਾਈਟਲ ਵੀ ਸਾਡੇ ਸਾਰੇ ਦੇ ਨਾਲ ਸਾਂਝਾ ਕੀਤਾ ਹੈ। ਸੋ ਜੇ ਚੈੱਕ ਕਰਦੇ ਉਹਨਾਂ ਦੀ ਸਟੋਰੀ ਨੂੰ ਅਤੇ ਨਾਲ ਦੇ ਨਾਲ ਚੈੱਕ ਕਰਦੇ ਉਹਨਾਂ ਦੇ ਅਪਕਮਿੰਗ 4 ਸੌਂਗਸ ਦੇ ਟਾਈਟਲਸ ਨੂੰ। ਨੈਕਸਟ 4 ਸੌਂਗਸ, ਓ ਬੋਏ, ਇੱਕ ਸਾਹਿਬਾ, ਜਾਨ ਕੁੜੀ, ਐਬਸੋਲੂਟਾ। ਇਹਨਾਂ 4 ਗਾਣਿਆਂ ਦੇ ਜੋ ਟਾਈਟਲ ਅਸੀਂ ਦੇਖੀਏ ਤਾਂ ਓ ਬੋਏ ਔਰ ਐਬਸੋਲੂਟਾ ਅਜਿਹਾ ਇੱਕ ਗਾਣਾ ਲੱਗਦਾ ਜੋ ਕਿ ਲੱਗਦਾ ਕਿ ਬੀਟ ਨੰਬਰ ਹੋਵੇਗਾ। ਉੱਥੇ ਇੱਕ ਸਾਹਿਬਾ ਅਤੇ ਜਾਨ ਕੁੜੀ ਦੇ ਟਾਈਟਲ ਨੂੰ ਦੇਖਣ ਤੋਂ ਬਾਅਦ ਅਜਿਹਾ ਲੱਗ ਰਿਹਾ ਕਿ ਇਹ ਦੋਨੋਂ ਇੱਕ ਰੋਮਾਂਟਿਕ ਨੰਬਰ ਹੋਣ ਵਾਲੇ ਨੇ, ਪਰ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਸਟੋਰੀ ਸ਼ੇਅਰ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਓ ਬੋਏ ਸੌਂਗ ਦੀ ਮਿਊਜ਼ਿਕ ਡਾਇਰੈਕਸ਼ਨ ਅਤੇ ਕੰਪੋਜੀਸ਼ਨ ਕਰ ਰਹੇ ਨੇ ਐਵੀ ਸਾਰਾ। ਐਵੀ ਸਾਰਾ ਮੈਂ ਤੁਹਾਨੂੰ ਪਹਿਲੇ ਵੀ ਦੱਸ ਦਵਾਂ ਕਿ ਕੈਂਬੀ ਨਾਲ ਕੋਲਾਬਰੇਟ ਕਰ ਚੁੱਕੇ ਨੇ। ਉਹਨਾਂ ਦੇ ਲਾਸਟ ਰਿਲੀਜ਼ ਸੌਂਗ ਟਾਈਮ ਚੱਕਦਾ ਜੋ ਕਿ ਕਾਫੀ ਜ਼ਿਆਦਾ ਹਿੱਟ ਨੰਬਰ ਰਿਹਾ, ਅਤੇ ਇਸ ਦੇ ਨਾਲ ਇੱਕ ਹੋਰ ਸਟੋਰੀ ਸ਼ੇਅਰ ਕੀਤੀ ਗਈ ਹੈ ਕੈਂਬੀ ਦੇ ਵੱਲੋਂ, ਜਿਸ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਅਗਲੇ ਸਾਲ ਦੇ ਲਈ ਆਪਣੇ ਫੈਨਸ ਨੂੰ ਅਤੇ ਨਾਲ ਦੇ ਨਾਲ ਆਪਣੇ ਨੋਨ ਲੋਕਾਂ ਦੇ ਲਈ ਕੁਝ ਸਪੈਸ਼ਲ ਮੈਸੇਜ ਭੇਜਿਆ ਹੈ। ਸੋ ਜੇ ਉਹਨਾਂ ਦੀ ਇਸ ਸਟੋਰੀ ਨੂੰ ਵੀ ਚੈੱਕ ਕਰਦੇ ਹਾਂ। ਫੋਰ ਸੋ ਕਾਲਡ ਫਰੈਂਡਸ, ਇਫ ਯੂ ਵਰਨਟ ਦੇਅਰ ਵੈਨ ਆਈ ਵਾਸ ਫਾਈਨੈਂਸ਼ਲੀ ਬ੍ਰੋਕ, ਇਮੋਸ਼ਨਲੀ ਹਰਟ ਐਂਡ ਆਲਮੋਸਟ ਆਊਟ ਆਫ ਦ ਗੇਮ, ਦੈਨ ਪਲੀਜ਼ ਮੇਕ ਸ਼ੋਰ ਯੂ ਡੋਨਟ ਟ੍ਰਾਈ ਟੂ ਕਮ ਕਲੋਜ਼ ਇਨ 2020, ਬਿਕੋਜ਼ ਆਈ ਐਮ ਨੋਟ ਦ ਸੇਮ ਪਰਸਨ, ਆਈ ਐਮ ਵਿਦ ਟਰੂਡ ਐਂਡ ਮੋਰ ਸਟ੍ਰੇਟ ਫਾਰਵਰਡ। ਇਸ ਸਟੋਰੀ ਦੇ ਵਿੱਚ ਉਹਨਾਂ ਨੇ ਇਹ ਤਾਂ ਕਲੀਅਰ ਕਰ ਦਿੱਤਾ ਆਪਣੇ ਦੋਸਤਾਂ ਦੇ ਲਈ ਕਿ ਜੋ ਲੋਕ ਉਹਨਾਂ ਦੇ ਨਾਲ ਬੁਰੇ ਸਮੇਂ ਦੇ ਵਿੱਚ ਨਹੀਂ ਖੜੇ ਹੋਏ, ਉਹ ਬਿਲਕੁਲ ਵੀ ਉਮੀਦ ਨਾ ਕਰਨ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਆਉਣ ਵਾਲੇ ਸਾਲ ਦੇ ਵਿੱਚ ਉਹਨਾਂ ਦੇ ਨਾਲ ਰਹਿਣਗੇ, ਅਤੇ ਨਾਲ ਦੇ ਨਾਲ ਉਹਨਾਂ ਨੇ ਅਜਿਹੇ ਲੋਕਾਂ ਨੂੰ ਵਾਰਨ ਵੀ ਕਰਤਾ ਕਿ ਉਹ ਉਹਨਾਂ ਤੋਂ ਡਿਸਟੈਂਸ ਹੀ ਮੇਨਟੇਨ ਕਰਨ। ਸੋ ਜੇ ਜੋ ਵੀ ਹੈ ਅਸੀਂ ਗੁੱਡ ਲੱਕ ਵਿਸ਼ ਕਰਦੇ ਹਾਂ ਕੈਂਬੀ ਨੂੰ, ਅਤੇ ਨਾਲ ਦੇ ਨਾਲ ਗੁੱਡ ਲੱਕ ਵਿਸ਼ ਕਰਦੇ ਉਹਨਾਂ ਦੇ ਅਪਕਮਿੰਗ ਸੌਂਗ, ਯਾਨੀ ਕਿ ਓ ਬੋਏ, ਇੱਕ ਸਾਹਿਬਾ, ਜਾਨ ਕੁੜੀ ਅਤੇ ਐਬਸੋਲੂਟਾ ਦੇ ਲਈ। ਪਰ ਹੁਣ ਤੁਸੀਂ ਮੈਨੂੰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਚਾਰੋਂ ਗਾਣਿਆਂ ਦੇ ਜੋਨਰ ਕੀ ਹੋਣ ਵਾਲੇ ਨੇ। ਸੋ ਸਾਨੂੰ ਆਪਣੇ ਗੈਸਸ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ, ਅਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਅਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਦਿੱਤੇ ਬੈਲ ਆਈਕਨ ਨੂੰ ਕਲਿੱਕ ਕਰੋ, ਅਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਅਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।